ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਆਪ ਸਭ ਦਾ ਕਰਦਾ ਹਾਂ ਹਾਰਦਿਕ ਸਵਾਗਤ। ਅੱਜ ਦੇ ਰਿਲੀਜੀਅਸ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਾਵਾਂਗੇ ਭਾਈ ਸਾਹਿਬ ਭਾਈ ਸ਼ਰਨਜੀਤ ਸਿੰਘ ਜੀ ਨਾਲ, ਜਿਹੜੇ ਕਿ ਸਾਡੇ ਕੋਲ ਸਟੂਡੀਓ ਦੇ ਵਿੱਚ ਆ ਕੇ ਅਨੰਦ ਸਾਹਿਬ ਦੀ ਵਿਆਖਿਆ ਦੀ ਸਾਂਝ ਪਾਉਂਦੇ ਨੇ। ਅੱਜ ਆਓ 28ਵੀਂ ਪੌੜੀ ਵਿੱਚ ਗੁਰੂ ਸਾਹਿਬ ਕੀ ਉਪਦੇਸ਼ ਕਰ ਰਹੇ ਨੇ ਉਸ ਨੂੰ ਸਮਝਦੇ ਹਾਂ ਭਾਈ ਸਾਹਿਬ ਭਾਈ ਸ਼ਰਨਜੀਤ ਸਿੰਘ ਜੀ ਤੋਂ। ਜੀ ਭਾਈ ਸਾਹਿਬ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ 28ਵੀਂ ਪੌੜੀ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਮਨੁੱਖਾ ਜ਼ਿੰਦਗੀ ਦੇ ਵਿੱਚ ਆਤਮਿਕ ਜੀਵਨ ਦੀ ਪ੍ਰਾਪਤੀ ਦਾ ਬੜੇ ਕਮਾਲ ਦਾ ਨੁਕਤਾ ਸਾਨੂੰ ਸਮਝਾਉਂਦੇ ਹਨ ਜੀ। ਉਹ ਨੁਕਤਾ ਇਹ ਹੈ ਕਿ ਜੋ ਅਕਾਲ ਪੁਰਖ ਪਰਮੇਸ਼ਰ ਜਿਸ ਨੇ ਸਾਡਾ ਇਹ ਸਰੀਰ ਇਹ ਜਿੰਦ ਬਣਾਇਆ ਹੈ, ਉਸ ਪਰਮੇਸ਼ਰ ਦੇ ਗੁਣਾਂ ਨੂੰ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ ਜੀ। ਉਹ ਪਰਮੇਸ਼ਰ ਬੜਾ ਦਇਆਲੂ ਅੰਤਰਜਾਮੀ ਸਾਨੂੰ ਅਨੇਕਾਂ ਦਾਤਾਂ ਦੇਣ ਵਾਲਾ ਜ਼ਿੰਦਗੀ ਦੇਣ ਵਾਲਾ ਉਹ ਆਪ ਹੈ। ਉਸਦੇ ਗੁਣਾਂ ਨੂੰ ਸਦਾ ਹੀ ਜੀਵਨ ਵਿੱਚ ਵਸਾਵਾਂਗੇ ਤਾਂ ਸਾਡੇ ਜੀਵਨ ਵਿੱਚ ਸੱਚ ਵਿੱਚ ਸੱਚ ਦਾ ਪ੍ਰਕਾਸ਼ ਹੋ ਸਕੇਗਾ ਜੀ। ਸਤਿਗੁਰੂ ਫਰਮਾਨ ਕਰਦੇ ਨੇ ਮਾਤਾ ਕੀ ਉਦਰਮ ਹੈ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਜੀ। ਸਤਿਗੁਰੂ ਜੀ ਪਰਮਾਤਮਾ ਦੀਆਂ ਦਾਤਾਂ ਉਹਦੇ ਗੁਣਾਂ ਦਾ ਵਰਣਨ ਕਰਦੇ ਹਨ ਤੇ ਫਿਰ ਸਾਨੂੰ ਸਮਝਾਉਂਦੇ ਨੇ ਭਾਈ ਇਸ ਕਰਕੇ ਨਹੀਂ ਉਹਨੂੰ ਭੁਲਾਉਣਾ ਚਾਹੀਦਾ ਜੀ। ਕੀ ਰੀਜ਼ਨ ਹੈ? ਕਹਿੰਦੇ ਨੇ ਪਰਮਾਤਮਾ ਮਾਤਾ ਦੇ ਗਰਭ ਦੇ ਵਿੱਚ ਵੀ ਜੀਵ ਦੀ ਸੰਭਾਲ ਕਰਦਾ ਹੈ। ਠੀਕ। ਮਾਤਾ ਦੇ ਗਰਭ ਦੇ ਵਿੱਚ ਜਿਸਨੂੰ ਇੱਕ ਅਗਨੀ ਆਖਿਆ ਜਾਂਦਾ ਹੈ, ਜਠਰਾਗਨੀ, ਉਹ ਅਗਨੀ ਸਭ ਕੁਝ ਨੂੰ ਸਾੜ ਕੇ ਸਵਾਹ ਕਰ ਸਕਦੀ ਹੈ ਜੋ ਸਾਡੇ ਜੋ ਜੀਵ ਦੇ ਇਸਤਰੀ ਦੇ ਗਰਭ ਦੇ ਵਿੱਚ ਅੱਗ ਜੋ ਹੈ ਜੀ। ਪਰ ਉਸ ਅੱਗ ਦੇ ਵਿੱਚ ਪਰਮਾਤਮਾ ਦੇ ਸਿਸਟਮ ਦੇ ਵਿੱਚ ਐਸਾ ਮਾਲਕ ਦਾ ਸਿਸਟਮ ਹੈ ਬਣਿਆ ਹੋਇਆ ਕਿ ਬੱਚੇ ਦੀ ਪਾਲਣਾ ਉਸ ਸਿਸਟਮ ਵਿੱਚ ਹੁੰਦੀ ਹੈ ਜੀ। ਸਤਿਗੁਰੂ ਕਹਿੰਦੇ ਜਿਹੜਾ ਪਰਮਾਤਮਾ ਇੰਨਾ ਦਇਆਲੂ ਹੈ ਕਿ ਉਸ ਗਰਭ ਦੀ ਅਗਨੀ ਦੇ ਵਿੱਚ ਵੀ ਤੈਨੂੰ ਸੇਫ ਰੱਖਦਾ ਹੈ, ਇਹ ਭਾਈ ਉਸ ਪਰਮਾਤਮਾ ਨੂੰ ਤੂੰ ਕਿਵੇਂ ਵਿਸਾਰੇਗਾ? ਉਹਨੂੰ ਵਿਸਾਰਨਾ ਨਹੀਂ ਚਾਹੀਦਾ ਜੀ। ਜੇ ਤੂੰ ਵਿਸਾਰਦਾ ਹੈ ਫਿਰ ਅਕਿਰਤ ਕਰਨਾ ਹੈ ਜੀ। ਭਾਈ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੂੰ ਵਿਸਾਰੀਏ, ਉਸਨੂੰ ਮਨ ਤੋਂ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ। ਫਿਰ ਦੁਬਾਰਾ ਯਾਦ ਕਰਵਾਇਆ ਸਤਿਗੁਰੂ ਨੇ, ਸਟ੍ਰੈਸ ਕੀਤਾ, ਕਹਿੰਦੇ ਨੇ ਮਨੋ ਕਿਉਂ ਵਿਸਾਰੀਏ ਇਹ ਵੱਡਦਾਤਾ, ਇੰਨਾ ਵੱਡਾ ਦਾਤਾਰ ਐਸਾ ਵੱਡਾ ਦਾਤਾ ਮਨ ਤੋਂ ਕਿਉਂ ਵਿਸਾਰੀਏ? ਭਾਈ ਕਦੇ ਵੀ ਨਾ ਵਿਸਾਰੋ ਜੇ ਅਗਨਮਹਿ ਆਹਾਰ ਪਹੁੰਚਾਵੇ ਜੀ। ਮਾਤਾ ਦੇ ਗਰਭ ਦੇ ਵਿੱਚ ਉਸ ਅਗ ਦੇ ਵਿੱਚ ਵੀ ਜੀਵ ਨੂੰ ਉਹ ਆਹਾਰ ਦੇ ਰਿਹਾ ਹੈ। ਠੀਕ। ਉੱਥੇ ਹੋਰ ਸਿਸਟਮ ਨਹੀਂ ਹੈ, ਪਰ ਪਰਮਾਤਮਾ ਦੇ ਸਿਸਟਮ ਦੇ ਵਿੱਚ ਮਾਤਾ ਦੇ ਆਹਾਰ ਦੇ ਵਿੱਚੋਂ ਹੀ, ਮਾਤਾ ਦੇ ਗਰਭ ਦੇ ਵਿੱਚ ਹੀ ਜੀਵ ਨੂੰ ਆਹਾਰ ਮਿਲ ਰਿਹਾ ਅਤੇ ਜੀਵ ਦੀ ਬੱਚੇ ਦੀ ਪਾਲਣਾ ਹੋ ਰਹੀ ਹੈ ਜੀ। ਐਸਾ ਸਮਰੱਥ ਪਰਮੇਸ਼ਰ ਜਿਹਦੇ ਇੰਨੇ ਗੁਣ ਹਨ, ਜਿਹਦੇ ਇੰਨੀਆਂ ਚੰਗਿਆਈਆਂ ਹਨ, ਉਹਨੂੰ ਭਾਈ ਤੂੰ ਕਿਉਂ ਭੁਲਾਉਂਦਾ ਹੈ? ਉਹਨੂੰ ਭੁਲਾਉਣਾ ਨਹੀਂ ਚਾਹੀਦਾ। ਸਤਿਗੁਰੂ ਕਹਿੰਦੇ ਨੇ ਤੇਰੇ ਜੀਵਨ ਦਾ ਇਹ ਫਰਜ਼ ਹੈ, ਜੋ ਪਰਮੇਸ਼ਰ ਇਸ ਤਰੀਕੇ ਨਾਲ ਤੇਰੀ ਪਾਲਣਾ ਕਰ ਰਿਹਾ ਹੈ, ਉਸ ਪਰਮਾਤਮਾ ਦੀ ਸਦਾ ਸਿਫਤ ਕਰ, ਸਦਾ ਉਹਦੀ ਵਡਿਆਈ ਕਰ, ਉਹਦੇ ਗੁਣ ਗਾ, ਉਹਦੇ ਪ੍ਰਤੀ ਤੂੰ ਕ੍ਰਿਤਜ ਬਣ ਜੀ, ਉਹਦੇ ਸ਼ੁਕਰ ਵਿੱਚ ਜੀ। ਅਤੇ ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਫੁਰਮਾਨ ਕਰਦੇ ਨੇ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀਆਂ ਇਹਨਾਂ ਦਾਤਾਂ ਨੂੰ ਵੇਖ ਕੇ, ਉਪਕਾਰਾਂ ਨੂੰ ਵੇਖ ਕੇ ਸਮਝਿਆ ਹੈ ਜੀ, ਉਹ ਤਾਂ ਸਦਾ ਉਸ ਮਾਲਕ 'ਤੇ ਬਲਿਹਾਰ ਜਾਂਦੇ ਨੇ, ਸਗੋਂ ਪਰਮਾਤਮਾ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਰੱਖਦੇ ਹਨ। ਠੀਕ। ਸਤਿਗੁਰੂ ਜੀ ਦੇ ਪਾਵਨ ਬਚਨ ਹਨ ਕਿ ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਨ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ
ਸਦ ਕੁਰਬਾਨ ਜੀ। ਸਤਿਗੁਰੂ ਕਹਿੰਦੇ ਨੇ ਹੇ ਭਾਈ ਮੈਂ ਤਾਂ ਪਰਮਾਤਮਾ ਦਾਸ ਤਾਂ ਜੋ ਪਰਮੇਸ਼ਰ ਦਾ ਸੱਚ ਵਿੱਚ ਸੇਵਕ ਹੈ, ਉਹ ਤਾਂ ਪਰਮੇਸ਼ਰ ਦੀਆਂ ਦਾਤਾਂ ਨੂੰ ਵੇਖ ਕੇ ਕਿ ਕਿਵੇਂ ਉਹ ਸਾਡੇ ਸਰੀਰ ਨੂੰ ਬਣਾਉਂਦਾ ਹੈ, ਕਿਵੇਂ ਸਾਨੂੰ ਇੰਨਾ ਸੁੰਦਰ ਜੀਵਨ ਦਿੱਤਾ ਹੈ, ਅਤੇ ਇਹ ਜੀਵਨ ਹੀ ਨਹੀਂ ਦਿੱਤਾ ਸਗੋਂ ਸਾਨੂੰ ਇਸ ਸਰੀਰ ਨੂੰ ਚਲਾਉਣ ਵਾਸਤੇ ਅਨੇਕਾਂ ਤਰ੍ਹਾਂ ਦੇ ਪਦਾਰਥ ਵਰਤਣ ਵਾਸਤੇ ਦਿੱਤੇ ਨੇ। ਮੈਂ ਤਾਂ ਮਾਲਕ 'ਤੇ ਸਦਾ ਬਲਿਹਾਰ ਜਾਂਦਾ, ਕੁਰਬਾਨ ਜਾਂਦਾ, ਜਿਸਨੇ ਇਸ ਸਰੀਰ ਦੇ ਅੰਦਰ ਆਪਣੀ ਜਿੰਦ ਟਿਕਾਈ ਹੋਈ ਹੈ, ਸੱਤਾ ਟਿਕਾਈ ਹੋਈ ਹੈ, ਖਾਣ ਪੀਣ ਵਾਸਤੇ ਵਸਤੂਆਂ ਦਿੱਤੀਆਂ ਨੇ, ਪਹਿਣ ਵਾਸਤੇ ਕੱਪੜੇ ਦਿੱਤੇ ਨੇ, ਇਹ ਗੁਣ ਵੇਖ ਵੇਖ ਕੇ ਮੈਂ ਮਾਲਕ ਦੀ ਸਿਫਤਸਾਲਾ ਕਰਦਾ ਹਾਂ ਜੀ। ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚ ਸਤਿਗੁਰੂ ਜੀ ਪਰਮਾਤਮਾ ਦੀ ਸਿਫਤਸਾਲਾ ਕਰਕੇ ਇਸ ਜੀਵਨ ਨੂੰ ਸਫਲ ਕਰਨ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਇਹ ਭਾਈ ਕਈ ਵਾਰੀ ਤੇਰੇ ਮਨ ਵਿੱਚ ਇਹ ਸ਼ੰਕਾ ਆ ਸਕਦਾ ਹੈ ਕਿ ਰੱਬ ਨੇ ਮੈਨੂੰ ਦਿੱਤਾ ਕੀ ਹੈ, ਮੈਂ ਕਿਉਂ ਗੁਣ ਗਾਵਾਂ ਉਸਦੇ। ਬੰਦਾ ਹਮੇਸ਼ਾ ਮੋਸਟਲੀ ਇਹੀ ਗੱਲ ਕਿਸੇ ਨੂੰ ਕਹੋ ਕਿ ਭਾਈ ਤੂੰ ਗੁਰਦੁਆਰੇ ਆਇਆ ਕਰ, ਤੂੰ ਪਾਠ ਕਰਿਆ ਕਰ, ਬਾਣੀ ਪੜਿਆ ਕਰ, ਜਾਂ ਕੋਈ ਧਰਮ ਦਾ ਕਰਮ ਕਰਿਆ ਕਰ, ਤਾਂ ਬੰਦਾ ਹਮੇਸ਼ਾ ਇਹੀ ਸ਼ਿਕਵਾ ਕਰਦਾ ਹੈ ਕਿ ਮੇਰੇ ਕੋਲ ਹੈ ਕੀ ਜੀ, ਅਜੇ ਮੇਰੇ ਕੋਲ ਕੁਝ ਨਹੀਂ ਹੈ, ਮੈਂ ਅਜੇ ਗੁਣ ਕਿਉਂ ਗਾਵਾਂ, ਮੈਂ ਨਹੀਂ ਗੁਣ ਗਾਉਣੇ। ਹਮੇਸ਼ਾ ਸ਼ਿਕਾਇਤ ਵਿੱਚ ਬੰਦਾ ਹੈ, ਸ਼ੰਕਾ ਕਰਦਾ ਹੈ। ਪਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁੰਜਾਇਸ਼ ਨਹੀਂ ਰਹਿਣ ਦਿੱਤੀ, ਉਹਨਾਂ ਨੇ ਗਿਣਵਾ ਦਿੱਤਾ। ਸਤਿਗੁਰੂ ਕਹਿੰਦੇ ਨੇ ਤੈਨੂੰ ਕੀ ਦਿੱਤਾ ਦੇਖ ਯਾਦ ਕਰ, ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜੀ। ਹੇ ਭਾਈ ਪਰਮਾਤਮਾ ਦੇ ਗੁਣ ਚੇਤੇ ਕਰ, ਦੇਖ ਤੂੰ ਕੀ ਸੀ। ਪਾਣੀ ਦੀ ਬੂੰਦ ਦੇ ਨਾਲ, ਲਹੂ ਦੇ ਨਾਲ ਪਰਮੇਸ਼ਰ ਨੇ ਤੇਰੇ ਸਰੀਰ ਦੀ ਰਚਨਾ ਕਰ ਦਿੱਤੀ ਹੈ ਜੀ। ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਤੇਰਾ ਇਤਨਾ ਸੁੰਦਰ ਸਰੀਰ ਮਾਲਕ ਨੇ ਬਣਾ ਦਿੱਤਾ, ਇਹ ਬਣ ਸਕਦਾ ਜੇ ਉਹ ਕਿਰਪਾ ਨਾ ਕਰਦਾ। ਠੀਕ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਸਨੇ ਤੇਰੇ ਸਰੀਰ ਨੂੰ ਸਾਜਿਆ ਹੈ, ਸਵਾਰਿਆ ਹੈ, ਸ਼ਿੰਗਾਰਿਆ ਹੈ। ਦੇਖੋ ਗੁਰਬਾਣੀ ਨੇ ਗੱਲ ਨਾਲ ਸਪਸ਼ਟ ਕਰਤੀ ਕਿ ਪਰਮਾਤਮਾ ਨੇ ਬੰਦੇ ਦਾ ਸ਼ਿੰਗਾਰ ਆਪ ਹੀ ਕਰ ਦਿੱਤਾ ਹੈ ਜੀ। ਇਹ ਵੱਖਰੀ ਗੱਲ ਹੈ ਕਿ ਅਸੀਂ ਕੇਸਾਂ ਦੀ ਬੇਅਦਬੀ ਕਰਕੇ, ਭਾਵੇਂ ਬੰਦੇ ਹੋਣ, ਭਾਵੇਂ ਜਨਾਨੀਆਂ ਹੋਣ, ਜਾਂ ਹੋਰ ਅਨੇਕਾਂ ਤਰੀਕਿਆਂ ਨਾਲ ਆਪਣੇ ਆਪ ਨੂੰ ਕਹਿੰਦੇ ਅਸੀਂ ਮੇਕਅਪ ਕਰਨਾ ਹੈ, ਇਟ ਮੀਨਸ ਪਰਮਾਤਮਾ 'ਤੇ ਕੋਈ ਗਲਤੀ ਰਹਿ ਗਈ ਸੀ ਜੀ। ਹੈ ਸੋ ਸਤਿਗੁਰੂ ਕਹਿੰਦੇ ਨੇ ਪਰਮਾਤਮਾ ਨੇ ਆਪ ਹੀ ਤੇਰਾ ਸ਼ਿੰਗਾਰ ਕਰਕੇ ਇੰਨਾ ਸੋਹਣਾ ਬਣਾ ਕੇ ਤੈਨੂੰ ਭੇਜਿਆ ਹੈ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨਮੈ ਜਿਹਨੇ ਉਭਾਰਿਆ ਜੀ, ਗਰਭ ਦੇ ਅਗਨੀ ਦੇ ਵਿੱਚੋਂ ਤੈਨੂੰ ਸੇਬ ਬਚਾ ਕੇ ਸੰਸਾਰ ਵਿੱਚ ਭੇਜਿਆ ਹੈ। ਅਤੇ ਭੇਜਿਆ ਹੀ ਨਹੀਂ, ਫਿਰ ਕਹਿੰਦੇ ਨੇ ਜਦੋਂ ਤੂੰ ਛੋਟਾ ਸੀ, ਮੂੰਹ ਵਿੱਚ ਦੰਦ ਨਹੀਂ ਸੀ ਨਾ, ਤੇਰੇ ਆਉਣ ਤੋਂ ਪਹਿਲਾਂ ਪਰਮਾਤਮਾ ਨੇ ਦੁੱਧ ਦਾ ਪ੍ਰਬੰਧ ਕਰ ਦਿੱਤਾ ਹੈ, ਅਤੇ ਜਦੋਂ ਵੱਡਾ ਹੋਇਆ, ਖਾਣ ਪੀਣ ਵਾਸਤੇ ਹੋਰ ਪਦਾਰਥ ਦਿੱਤੇ, ਖੇਡਣ ਵਾਸਤੇ ਸੰਗੀ ਸਾਥੀ ਦਿੱਤੇ, ਗਰਭ ਅਗਨ ਮੈਂ ਜਿਹਨੇ ਉਭਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ। ਅਤੇ ਜਦੋਂ ਬਜ਼ੁਰਗ ਹੋਇਆ, ਤੂੰ ਆਪਣੀਆਂ ਕਿਰਿਆਵਾਂ ਨਹੀਂ ਕਰ ਸਕਦਾ, ਤੁਰ ਫਿਰ ਨਹੀਂ ਸਕਦਾ, ਤੇਰੀ ਸੇਵਾ ਸੰਭਾਲ ਵਾਸਤੇ ਤੈਨੂੰ ਸਿਆਣੇ ਬੱਚੇ ਦਿੱਤੇ ਨੇ, ਪੋਤੇ ਪੋਤਰੀਆਂ ਦਿੱਤੀਆਂ ਹਨ, ਜੋ ਤੈਨੂੰ ਬੈਠੇ ਹੋਏ ਨੂੰ ਤੇਰੀ ਸੇਵਾ ਕਰਦੇ ਨੇ। ਬਿਰਧ ਭਇਆ ਉੱਪਰ ਸਾਖ ਸੈਨ, ਮੁੱਖ ਅਪਿਆਉ ਬੈਠ ਕੋ ਦੇਣ, ਤੈਨੂੰ ਬੈਠੇ ਨੂੰ ਚਮਚਿਆਂ ਦੇ ਨਾਲ ਤੇਰੇ ਮੂੰਹ ਵਿੱਚ ਭੋਜਨ ਪਾਉਂਦੇ ਹਨ। ਇੰਨਾ ਕੁਝ ਰੱਬ ਨੇ ਤੈਨੂੰ ਦਿੱਤਾ ਹੈ, ਅਜੇ ਵੀ ਕਹਿੰਦਾ ਕਿ ਮੇਰੇ ਕੋਲ ਕੁਝ ਵੀ ਨਹੀਂ ਹੈ। ਰਾਈਟ, ਮੁੱਖ ਅਪਿਆਉ ਬੈਠ ਕੋ ਦੇਣ, ਇਹ ਨਿਰਗੁਣ ਗੁਣ ਕਿਛੂ ਨਾ ਬੁੱਝੈ। ਇਹ ਅਗਿਆਨੀ ਮਨੁੱਖ ਪਰਮਾਤਮਾ ਦੇ ਗੁਣਾਂ ਨੂੰ, ਉਪਕਾਰਾਂ ਨੂੰ ਚੇਤੇ ਨਹੀਂ ਕਰਦਾ। ਹੇ ਮਾਲਕ ਤੂੰ ਮਿਹਰ ਕਰ ਕਿ ਇਸ ਨਿਰਗੁਣ ਯਾਰ ਮਨੁੱਖ ਨੂੰ ਇਹ ਸਮਝ ਲੱਗ ਜਾਏ ਕਿ ਤੂੰ ਕਿੰਨੀਆਂ ਦਾਤਾਂ ਦਿੱਤੀਆਂ ਨੇ, ਬਖਸ਼ ਲਿਓ ਤੋ
ਨਾਨਕ ਸੀਜੈ ਤਾਂ ਹੀ ਜੀਵਨ ਵਿੱਚ ਕਾਮਯਾਬ ਹੋ ਸਕਦਾ, ਜੀਵਨ ਵਿੱਚ ਸੁੱਖ ਬਣ ਸਕਦਾ ਹੈ। ਜੇ ਤੂੰ ਇਹਦੇ ਔਗੁਣਾਂ ਵੱਲ ਨਾ ਦੇਖੇ ਸਗੋਂ ਇਸ 'ਤੇ ਕਿਰਪਾ ਕਰਕੇ ਆਪਣੀ ਸਿਫਤ ਸਲਾਹ ਕਰਨ ਦੀ ਦਾਤ ਬਖਸ਼ ਦੇਵੇਂ। ਪਾਤਸ਼ਾਹ ਕਹਿੰਦੇ ਨੇ ਮਨੋ ਕਿਉਂ ਵਿਸਾਰੀਏ ਇਹ ਵਰਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ ਭਾਈ ਉਸਨੂੰ ਕਦੇ ਭੁਲਾਓ ਨਾ, ਸਦਾ ਉਹਦੇ ਗੁਣਾਂ ਨੂੰ ਮਨ 'ਚ ਵਸਾ ਕੇ ਉਸਦੇ ਰਜ਼ਾ ਵਿੱਚ ਉਸਦੇ ਹੁਕਮ ਦੇ ਵਿੱਚ ਜੀਵਨ ਜਿਉਣ ਦੀ ਕੋਸ਼ਿਸ਼ ਕਰੋ ਤਾਂ ਕਿ ਇਹ ਜੀਵਨ ਉਸ ਨੂੰ ਪ੍ਰਵਾਨ ਹੋਣ ਦੇ ਲਾਇਕ ਬਣ ਸਕੇ। ਸੋ ਸ਼ੁਕਰਾਨੇ ਦੀ ਜਿਹੜੀ ਸੋਚ ਹੈਗੀ ਹੈ ਉਸ ਦੇ ਉੱਤੇ ਸਟ੍ਰੈਸ ਕੀਤਾ ਗਿਆ ਕਿ ਹਮੇਸ਼ਾ ਹੀ ਸ਼ੁਕਰ ਵਿੱਚ ਰਹੋ ਕਿ ਜਿਸ ਹਾਲਾਤ ਵਿੱਚ ਤੁਸੀਂ ਹੈਗੇ ਉਸਦੇ ਵਿੱਚ ਰੱਬ ਦਾ ਸ਼ੁਕਰ ਹੀ ਕਰੋ। ਬਿਲਕੁਲ ਜੀ। ਫਿਰ ਸਤਿਗੁਰੂ ਕਹਿੰਦੇ ਨੇ ਉਸ ਨੂੰ ਕਿਹੇ ਪੋਹ ਨਾ ਸਕੀ ਜਿਸਨੂੰ ਆਪਣੀ ਲਿਵਲਾਵੇ, ਜਿਸ ਮਨੁੱਖ ਨੂੰ ਪਰਮੇਸ਼ਰ ਆਪਣੀ ਸਿਫ ਸਲਾਹ ਦੀ ਦਾਤ ਬਖਸ਼ ਦੇਵੇ ਜਾਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਜੋ ਮਨੁੱਖ ਪਰਮਾਤਮਾ ਦੇ ਸ਼ੁਕਰ ਵਿੱਚ ਜੀਣਾ ਸ਼ੁਰੂ ਕਰ ਦੇਵੇ, ਪਰਮਾਤਮਾ ਦੀ ਸਿਫ ਸਲਾਹ ਨੂੰ ਮਨ ਵਿੱਚ ਪੱਕਾ ਕਰ ਲਵੇ, ਉਸ ਮਨੁੱਖ ਨੂੰ ਵਿਸ਼ੇ ਵਿਕਾਰਾਂ ਅਤੇ ਮਾਇਆ ਆਦਿਕ ਦਾ ਪ੍ਰਭਾਵ ਨਹੀਂ ਪੈ ਸਕਦਾ। ਉਸ ਨੂੰ ਕਿਹੇ ਪੋਹ ਨਾ ਸਕੀ, ਇਹ ਮਾਇਆ ਦਾ ਜ਼ੋਰ ਉਹਦੇ ਉੱਤੇ ਨਹੀਂ ਪੈ ਸਕਦਾ ਜੋ ਨਿਰੰਜਨ ਦੇ ਨਾਲ ਜੁੜ ਗਿਆ, ਪਰਮਾਤਮਾ ਨਾਲ ਜੁੜਿਆ, ਜਿਸਨੂੰ ਆਪਣੀ ਲਿਵ ਲਾਵੇ, ਜਿਸਦੇ ਹਿਰਦੇ 'ਚ ਆਪਣੀ ਲਿਵ ਆਪਣਾ ਪਿਆਰ ਪੱਕਾ ਕਰਦਾ ਹੈ ਇਹ ਦਾਤਾ, ਉਸ ਮਨੁੱਖ ਨੂੰ ਵਿਸ਼ੇ ਵਿਕਾਰਾਂ ਦੀ ਇਹ ਮਾਇਆ ਪੋ ਨਹੀਂ ਸਕਦੀ, ਔਗੁਣਾਂ ਵਿੱਚ ਉਹ ਮਨੁੱਖ ਡੁੱਬ ਨਹੀਂ ਸਕਦਾ, ਉਹ ਤਾਂ ਧਰਮੀ ਬਣ ਕੇ ਸੱਚਾ ਬਣ ਕੇ ਅੰਦਰੋਂ ਬਾਹਰੋਂ ਇੱਕ ਹੋ ਕੇ ਸੱਚੀ ਸੁੱਚੀ ਜੀਵਨ ਜੁਗਤ ਅਪਣਾ ਲੈਂਦਾ ਹੈ। ਜੀ। ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ, ਸਤਿਗੁਰ ਕਹਿੰਦੇ ਨੇ ਆਪਣਾ ਪ੍ਰੇਮ ਪਰਮੇਸ਼ੁਰ ਆਪ ਹੀ ਲਾ ਦਿੰਦਾ ਹੈ, ਉਹ ਇੰਨਾ ਮਿਹਰਬਾਨ ਹੈ, ਇੰਨਾ ਬਖਸ਼ਿੰਦ ਹੈ ਕਿ ਜੀਵ ਨੂੰ ਕੁਝ ਕਰਨ ਦੀ ਜ਼ਰੂਰਤ ਵੀ ਨਹੀਂ ਪੈਂਦੀ, ਆਪਣਾ ਪਿਆਰ ਆਪ ਹੀ ਬਖਸ਼ ਦਿੰਦਾ ਹੈ। ਸਤਿਗੁਰ ਕਹਿੰਦੇ ਨੇ ਉਹ ਆਪਣਾ ਪਿਆਰ ਮਨੁੱਖ ਦੇ ਹਿਰਦੇ 'ਚ ਆਪ ਬਖਸ਼ ਦਿੰਦਾ ਹੈ, ਅਤੇ ਭਾਈ ਗੁਰੂ ਦੇ ਨਾਲ ਜੁੜ ਕੇ ਗੁਰੂ ਦੀ ਸਿੱਖਿਆ ਨਾਲ ਜੁੜ ਕੇ ਇਸ ਪ੍ਰੇਮ ਦੀ ਸਦਾ ਸਾਰ ਕਰੀਏ, ਇਹਨੂੰ ਸਦਾ ਸੰਭਾਲ ਕੇ ਰੱਖੀਏ। ਕਹੇ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਏ, ਸਤਿਗੁਰ ਕਹਿੰਦੇ ਨੇ ਹੇ ਭਾਈ ਇੰਨਾ ਸਮਰੱਥ ਦਾਤਾਰ ਉਹਨੂੰ ਕਦੇ ਵੀ ਮਨ ਵਿੱਚੋਂ ਭੁਲਾਈ ਨਾ, ਸਗੋਂ ਉਹਦੇ ਅੱਗੇ ਇਹ ਅਰਦਾਸ ਕਰੀਏ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ। ਸਤਿਗੁਰ ਕਿਰਪਾ ਕਰਨ ਕਿ ਅਸੀਂ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰ ਸਕੀਏ। ਜੀ ਬਿਲਕੁਲ ਜੀ, ਜਿਹੜੇ ਐਗਜ਼ਾਮਪਲਸ ਦਿੱਤੇ ਨੇ ਗੁਰੂ ਸਾਹਿਬ ਨੇ ਉਸਦਾ ਮਕਸਦ ਹੀ ਇਹ ਹੈਗਾ ਕਿ ਸਾਨੂੰ ਦੁਬਾਰਾ ਸਾਡਾ ਯਕੀਨ ਬਣ ਸਕੇ ਕਿ ਬਚਪਨ ਤੋਂ ਲੈ ਕੇ ਬਜ਼ੁਰਗੀ ਤੱਕ ਜੋ ਹੈ ਅਸੀਂ ਹੋ ਜਾਂਦੇ ਹਾਂ, ਤਦ ਵੀ ਰੱਬ ਜੋ ਹੈ ਸਾਨੂੰ ਸਹਾਰਾ ਦਿੰਦਾ ਕਿਸੇ ਨਾ ਕਿਸੇ ਫੋਰਮ ਵਿੱਚ। ਅਗਲੀ ਪੌੜੀ 'ਚ ਗੁਰੂ ਸਾਹਿਬ ਕੀ ਕਹਿ ਰਹੇ ਜੀ ਇਸ ਬਾਰੇ ਗੱਲਬਾਤ ਕਰਨੇ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਆਪ ਸਭ ਦਾ ਕਰਦਾ ਹਾਂ ਹਾਰਦਿਕ ਸਵਾਗਤ, ਅਤੇ ਆਓ ਭਾਈ ਸਾਹਿਬ ਭਾਈ ਸ਼ਰਨਜੀਤ ਸਿੰਘ ਜੀ ਤੋਂ 29ਵੀਂ ਪੌੜੀ 'ਚ ਗੁਰੂ ਸਾਹਿਬ ਕੀ ਕਹਿ ਰਹੇ ਨੇ ਸਾਨੂੰ ਆਨੰਦ ਸਾਹਿਬ ਦੇ ਵਿੱਚ ਸਰਵਣ ਕਰਦੇ ਹਾਂ। ਜੀ ਭਾਈ ਸਾਹਿਬ ਜੀ। ਜੀ 29ਵੀਂ ਪੌੜੀ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸੱਚਿਆਰ ਬਣ ਕੇ ਪਰਮੇਸ਼ਰ ਦੇ ਪ੍ਰੇਮ ਨੂੰ ਪ੍ਰਾਪਤ ਕਰਨ ਦਾ ਤਰੀਕਾ ਸਾਨੂੰ ਸਮਝਾਉਂਦੇ ਹਨ ਜੀ, ਅਤੇ ਇਸ ਰਾਹ ਦੇ ਵਿੱਚ ਜੋ ਰੁਕਾਵਟ ਆਉਂਦੀ ਹੈ ਉਹਦੇ ਬਾਰੇ ਚਾਨਣਾ ਪਾਉਂਦੇ ਹਨ। ਪਾਤਸ਼ਾਹ ਫਰਮਾਨ ਕਰਦੇ ਨੇ ਜੈਸੀ ਅਗਨ ਉਦਰਮ ਤੈਸੀ ਬਾਹਰ ਮਾਇਆ। ਜੀ ਪਾਤਸ਼ਾਹ ਕਹਿੰਦੇ ਨੇ ਭਾਈ ਜਿਵੇਂ ਮਾਤਾ ਦੇ ਗਰਭ ਦੇ ਵਿੱਚ ਇੱਕ ਅਗਨੀ ਹੈ ਅਤੇ ਉਸ ਅਗਨੀ ਦੇ ਵਿੱਚੋਂ ਪਰਮਾਤਮਾ ਜੀਵ ਨੂੰ ਸੇਵ ਬਚਾ ਲੈਂਦਾ ਹੈ ਜੀ, ਇਸੇ ਤਰ੍ਹਾਂ ਬਾਹਰ ਸੰਸਾਰ ਦੇ ਵਿੱਚ ਇੱਕ ਅੱਗ ਹੋਰ ਹੈ, ਉਹ ਅੱਗ ਹੈ ਮਾਇਆ ਦੀ ਅੱਗ।
ਕ੍ਰਿਸ਼ਨਾ ਦੀ ਮਾਇਆ ਦੀ ਅੱਗ ਜੀ। ਜਿਵੇਂ ਪਰਮਾਤਮਾ ਨੇ ਮਨੁੱਖ ਦੇ ਜੀਵਨ ਨੂੰ ਸੇਫ, ਜੀਵ ਦੇ ਜੀਵਨ ਨੂੰ ਮਾਤਾ ਦੇ ਗਰਭ ਵਿੱਚ ਸੇਫ ਰੱਖਿਆ ਹੈ, ਕਿਉਂ? ਕਿਉਂਕਿ ਗੁਰਬਾਣੀ ਦਾ ਇਹ ਵਿਸ਼ਵਾਸ ਹੈ ਕਿ ਜੀਵ ਪਰਮਾਤਮਾ ਜਦੋਂ ਮਾਤਾ ਦੇ ਗਰਭ ਵਿੱਚ ਸੀ ਤਾਂ ਉਸ ਵੇਲੇ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਹੋਇਆ ਸੀ ਜੀ। ਭਾਵ ਕਿ ਉਸ ਵੇਲੇ ਜੀਵ ਦੇ ਅੰਦਰ ਕੋਈ ਕਿਸੇ ਤਰ੍ਹਾਂ ਦਾ ਕੋਈ ਵਿਕਾਰ ਨਹੀਂ ਸੀ, ਉਸ ਵੇਲੇ ਸ਼ੁੱਧ ਸਰੂਪ ਸੀ। ਗੁਰਬਾਣੀ ਦੇ ਬਚਨ ਨੇ ਅਹਿਨਿਸ ਏਕ ਅਗਿਆਨ ਸੋ ਨਾਗਾ, ਮਾਤਾ ਦੇ ਗਰਭ ਦੇ ਵਿੱਚ ਅਹਿਨਿਸ ਰਾਤ ਦਿਨ ਏਕ ਇੱਕ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਹੋਇਆ ਸੀ। ਅਹਿਨਿਸ ਏਕ ਅਗਿਆਨ ਸੋ ਨਾਗਾ, ਉੱਥੇ ਸ਼ਬਦ ਨਾਗਾ ਭਗਤ ਬੇਣੀ ਦਾ ਸ਼ਬਦ ਹੈ ਕਿ ਉੱਥੇ ਅਗਿਆਨਤਾ ਨੂੰ ਨਾ ਸੀ ਜੀ, ਅਗਿਆਨਤਾ ਉੱਥੇ ਸੀਗੀ ਨਹੀਂ, ਜਿਹਦੇ ਕਰਕੇ ਮਨੁੱਖ ਔਗਣਾਂ 'ਚ ਪੈਂਦਾ ਹੈ ਜੀ। ਅਤੇ ਇਸ ਕਰਕੇ ਜਦੋਂ ਰੱਬ ਦੀ ਯਾਦ ਵਿੱਚ ਸੀ, ਸਿਮਰਨ ਵਿੱਚ ਸੀ, ਤਾਂ ਉਸ ਅੱਗ ਦੇ ਵਿੱਚੋਂ ਪਰਮਾਤਮਾ ਨੇ ਜੀਵ ਨੂੰ ਸੇਫ ਬਚਾ ਕੇ ਰੱਖਿਆ, ਇਹਨੂੰ ਸੁਰੱਖਿਅਤ ਰੱਖਿਆ ਹੈ ਜੀ। ਜੇ ਮਨੁੱਖ ਇਸ ਸੰਸਾਰ ਵਿੱਚ ਆ ਕੇ ਵੀ ਪਰਮਾਤਮਾ ਦੇ ਗੁਣਾਂ ਨੂੰ ਨਾ ਵਿਸਾਰੇ, ਉਹਦੀ ਯਾਦ ਵਿੱਚ ਜੁੜਿਆ ਰਹੇ, ਤਾਂ ਇਸ ਮਾਇਆ ਦੀ ਅੱਗ ਤੋਂ ਵੀ ਪਰਮਾਤਮਾ ਜੀਵ ਨੂੰ ਬਚਾ ਲਏਗਾ। ਠੀਕ। ਜੈਸੀ ਅਗਨ ਉਧਰਮ ਹੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਮਾਇਆ ਦੀ ਅੱਗ ਅਤੇ ਗਰਭ ਦੀ ਅਗਨੀ, ਸਤਿਗੁਰੂ ਕਹਿੰਦੇ ਨੇ ਇਹ ਇੱਕੋ ਜਿਹੀ ਹੈ ਭਾਈ, ਪਰਮਾਤਮਾ ਦਾ ਖੇਡ ਹੈ, ਪਰਮੇਸ਼ਰ ਦੀ ਇਹ ਰਚਨਾ ਹੈ, ਇਹਨੂੰ ਪਰਮੇਸ਼ਰ ਆਪ ਜਾਣਦਾ ਹੈ ਜੀ। ਪਰ ਤੇਰੇ ਜੀਵਨ ਦਾ ਮਕਸਦ ਇਹ ਹੈ ਕਿ ਇਸ ਖੇਡ ਦੇ ਵਿੱਚ ਆ ਕੇ, ਇਸ ਸੰਸਾਰ ਵਿੱਚ ਆ ਕੇ ਜੀਵਨ ਦੀ ਬਾਜ਼ੀ ਨੂੰ ਸਫਲਾ ਕਰੇ, ਜਿੱਤ ਲਵੇ। ਅਤੇ ਜਿੱਤਣ ਦਾ ਤਰੀਕਾ ਇਹ ਹੈ, ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿੱਚ ਵਸਾ ਕੇ ਰੱਖ। ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਇਹ ਮਨ, ਇਹ ਮੇਰੇ ਮਨ, ਤੂੰ ਸਦਾ ਪਰਮਾਤਮਾ ਦੀ ਸਿਫਤ ਸਲਾਹ ਕਰ। ਇਹ ਮਨ ਹਰ ਜੀ ਤਿਹਾਏ ਤੂੰ, ਇੱਕ ਮਨ ਇੱਕ ਚਿਤ ਪਹਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਉਹ ਪਰਮਾਤਮਾ ਦਾਤਾਂ ਦਿੰਦਾ ਹੈ ਅਤੇ ਕਦੇ ਪਛਤਾਉਂਦਾ ਨਹੀਂ, ਐਸੇ ਪਰਮਾਤਮਾ ਦੀ ਸਿਫਤ ਸਲਾਹ ਕਰ ਸਦਾ ਵਾਸਤੇ। ਅਤੇ ਫਿਰ ਪਾਤਸ਼ਾਹ ਕਹਿੰਦੇ ਨੇ, ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਪਰਮੇਸ਼ਰ ਨੂੰ ਚੰਗਾ ਲੱਗਿਆ, ਉਹਦੀ ਰਜ਼ਾ ਹੋਈ, ਤਾਂ ਜੀਵ ਇਸ ਸੰਸਾਰ ਵਿੱਚ ਆਇਆ ਅਤੇ ਸੰਸਾਰ ਵਿੱਚ ਜਨਮ ਲਿਆ। ਪਰਿਵਾਰ ਵਿੱਚ ਇਹ ਜੀਵ ਚੰਗਾ ਲੱਗਣਾ ਸ਼ੁਰੂ ਹੋ ਗਿਆ, ਪਰਿਵਾਰ ਵਾਲੇ ਇਹਨੂੰ ਪਿਆਰ ਕਰਨ ਲੱਗ ਪਏ, ਮਾਤਾ ਪਿਤਾ ਆਦਿਕ ਸਾਰੇ ਇਸ ਬੱਚੇ ਨੂੰ, ਜੀਵ ਨੂੰ ਪਿਆਰ ਕਰਦੇ ਨੇ, ਇਹਨੂੰ ਚੰਗਾ ਲੱਗਦਾ ਹੈ। ਇੱਥੇ ਇੱਕ ਹੋਰ ਬੜੀ ਕਮਾਲ ਦੀ ਗੱਲ ਹੈ, ਜਨਮ ਨੂੰ ਸਤਿਗੁਰੂ ਨੇ ਭਾਣਾ ਆਖਿਆ ਹੈ। ਠੀਕ। ਅਸੀਂ ਜਦੋਂ ਕੋਈ ਮਾੜਾ ਹੋ ਜਾਂਦਾ ਉਸਨੂੰ ਭਾਣਾ ਕਹਿੰਦੇ, ਉਹਨਾਂ ਨੂੰ ਕਹਿੰਦੇ ਭਾਣਾ ਹੈ। ਠੀਕ। ਪਰ ਜਦੋਂ ਕੋਈ ਸੁੱਖ ਦਾ ਕੰਮ, ਉਹਨੂੰ ਭਾਣਾ ਨਹੀਂ ਕਹਿੰਦੇ, ਉਦੋਂ ਅਸੀਂ ਸਮਝਦੇ ਕਿ ਸ਼ਾਇਦ ਜਿਹੜਾ ਚੰਗਾ ਕੰਮ ਹੈ ਇਹ ਸਾਡੇ ਕਰਕੇ ਹੋਇਆ ਹੈ, ਮਾੜਾ ਕੰਮ ਅਸੀਂ ਰੱਬ ਦੇ ਉੱਤੇ ਦੋਸ਼ ਦਿੰਦੇ ਹਾਂ ਜੀ। ਪਾਤਸ਼ਾਹ ਕਹਿੰਦੇ, ਜਨਮ ਵੀ ਉਹਦਾ ਭਾਣਾ ਹੈ, ਮੌਤ ਵੀ ਭਾਣਾ ਹੈ, ਦੋਵਾਂ ਨੂੰ ਇੱਕ ਸਮਾਨ ਹੋ ਕੇ ਸਮਝਿਆ ਜਾਏ। ਠੀਕ। ਲਿਵ ਛੁੜਕੀ ਲੱਗੀ ਤ੍ਰਿਸ਼ਨ, ਮਾਇਆ ਅਮਰ ਵਰਤਾਇਆ। ਪਰ ਜਿਵੇਂ ਹੀ ਜੀਵ ਸੰਸਾਰ ਵਿੱਚ ਆਉਂਦਾ ਹੈ, ਮੋਹ ਮਾਇਆ ਵਿੱਚ ਲੱਗ ਕੇ, ਰਿਸ਼ਤੇਦਾਰਾਂ ਵਿੱਚ, ਪਰਿਵਾਰਾਂ ਵਿੱਚ, ਬੱਚਿਆਂ ਦੇ, ਸਭ ਦੇ ਨਾਲ ਜੁੜ ਕੇ ਇਹਨੂੰ ਰੱਬ ਭੁੱਲ ਜਾਂਦਾ, ਪਰਮਾਤਮਾ ਦੀ ਪ੍ਰੀਤ ਟੁੱਟ ਜਾਂਦੀ ਹੈ ਅਤੇ ਤ੍ਰਿਸ਼ਨਾ ਆਦਿਕ, ਔਗਣ ਆਦਿਕ ਇਹਦੇ ਉੱਤੇ ਹਾਵੀ ਹੋ ਜਾਂਦੇ ਹਨ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਮਾਇਆ ਨੇ ਆਪਣੇ ਪ੍ਰਭਾਵ ਦੇ ਹੇਠ ਇਸ ਨੂੰ ਲੈ ਆਉਂਦਾ, ਇਹਦੇ ਉੱਤੇ ਆਪਣਾ ਜ਼ੋਰ ਪਾ ਦਿੱਤਾ। ਇਹ ਮਾਇਆ ਜਿੱਥਰ ਵਿਸਰੈ ਮੂੰਹ ਉਪਜੈ। ਮਾਇਆ ਕੀ ਹੈ? ਕੇਵਲ ਧਨ ਨਹੀਂ ਹੈ। ਮਾਇਆ ਉਹ ਚੀਜ਼ ਜੋ ਮਨੁੱਖ ਨੂੰ ਰੱਬ ਤੋਂ ਤੋੜ ਦੇਵੇ ਜੀ। ਉਹ ਚੰਗੇ ਕੱਪੜੇ ਪਾਉਣ ਦਾ ਸਵਾਦ ਵੀ ਹੋ ਸਕਦਾ ਹੈ, ਜੀਵ ਦੇ ਚਸਕੇ ਵੀ ਹੋ ਸਕਦੇ ਨੇ, ਧਨ ਪਦਾਰਥ ਵੀ ਹੋ ਸਕਦਾ ਹੈ, ਵੱਡੇ ਘਰ ਵੀ ਹੋ ਸਕਦੇ ਨੇ, ਕਿਸੇ ਤਰ੍ਹਾਂ ਦਾ ਵੀ ਕੋਈ ਵੀ ਚਸਕਾ ਜੋ ਮਨੁੱਖ ਨੂੰ ਰੱਬ ਤੋਂ ਦੂਰ ਕਰਦਾ ਹੈ, ਮਨੁੱਖ ਦੇ ਮਨ ਵਿੱਚ ਮੋਹ ਆਦਿਕ ਹੋਰ ਚੀਜ਼ਾਂ ਦੇ ਨਾਲ ਪਿਆਰ ਪੈਦਾ ਕਰਦਾ ਹੈ, ਉਹ ਹਰੇਕ ਚੀਜ਼ ਮਾਇਆ ਹੈ।
ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ। ਪਰ ਪਾਤਸ਼ਾਹ ਕਹਿੰਦੇ ਨੇ ਗੁਰੂ ਦੀ ਮਿਹਰ ਦੇ ਨਾਲ ਜਿਨ੍ਹਾਂ ਦੀ ਪ੍ਰੀਤ ਇਸ ਸੰਸਾਰ ਵਿੱਚ ਰਹਿ ਕੇ ਵੀ ਪਰਮਾਤਮਾ ਨਾਲ ਬਣੀ ਰਹੀ, ਉਹਨਾਂ ਨੇ ਮਾਇਆ ਵਿੱਚ ਰਹਿ ਕੇ ਵੀ ਪਰਮਾਤਮਾ ਦੇ ਪ੍ਰੇਮ ਨੂੰ ਪ੍ਰਾਪਤ ਕਰ ਲਿਆ। ਸਿੱਧ ਗੋਸ਼ਟ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ, ਭਾਈ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਭਟਕਣ ਦੀ ਲੋੜ ਨਹੀਂ ਹੈ, ਸੰਸਾਰ ਵਿੱਚ ਰਹਿ ਕੇ ਆਪਣੇ ਮਨ ਨੂੰ ਔਗੁਣਾਂ ਵੱਲੋਂ ਬਚਾ ਕੇ, ਵਿਸ਼ੇ ਵਿਕਾਰਾਂ ਵੱਲੋਂ ਬਚਾ ਕੇ, ਪਰਾਏ ਰੂਪ ਵੱਲੋਂ ਬਚਾ ਕੇ, ਪਰਾਏ ਤਨ ਵੱਲੋਂ ਬਚਾ ਕੇ, ਜੇ ਤੁਹਾਨੂੰ ਜੀਵਨ ਜਿਉਣ ਦੀ ਜੁਗਤ ਪ੍ਰਾਪਤ ਹੋ ਗਈ ਤਾਂ ਸੰਸਾਰ ਵਿੱਚ ਰਹਿੰਦਿਆਂ ਹੋਈ ਤੁਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹੋ। ਹਾਟੀ ਬਾਟੀ ਨੀਂਦ ਨਾ ਆਵੇ, ਪਰ ਘਰ ਚਿਤਨਾ ਡੁਲਾਈ, ਬਿਨ ਆਵੇ ਮਨ ਟੇਕ ਨਾ ਟਿਕਈ, ਨਾਨਕ ਭੁੱਖ ਨਾ ਜਾਈ। ਅਤੇ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਨੇ 30ਵੀਂ ਪੌੜੀ ਵਿੱਚ, ਪਰਮਾਤਮਾ ਦਾ ਅਮੋਲਕ ਨਾਮ ਜੋ ਮਨੁੱਖ ਦੇ ਜੀਵਨ ਦਾ ਆਧਾਰ ਹੈ, ਇਹ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ, ਅਤੇ ਜਿਹੜਾ ਗੁਰੂ ਇਹ ਨਾਮ ਦੇਣ ਵਾਲਾ ਹੈ ਉਸ ਗੁਰੂ 'ਤੇ ਸਦਾ ਬਲਿਹਾਰ ਜਾਈਏ, ਕੁਰਬਾਨ ਜਾਈਏ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ, ਰਹੇ ਲੋਕ ਮਿਲਾਏ। ਪਰਮਾਤਮਾ ਇੱਕ ਐਸੀ ਅਮੁੱਲਕ ਵਸਤੂ, ਅਮੁੱਲਕ ਕਹਿੰਦੇ ਜਿਸ ਚੀਜ਼ ਦਾ ਕੋਈ ਮੁੱਲ ਦੇ ਕੇ ਅਸੀਂ ਖਰੀਦ ਨਾ ਸਕੀਏ, ਜੋ ਪ੍ਰਾਈਸਲੈਸ ਹੈ। ਕਹਿੰਦੇ ਨੇ ਪਰਮਾਤਮਾ ਅਮੁੱਲਕ ਹੈ, ਕਿਸੇ ਮੁੱਲ ਦੇ ਨਾਲ ਉਹਨੂੰ ਖਰੀਦਿਆ ਨਹੀਂ ਜਾ ਸਕਦਾ। ਅੱਜ ਬੰਦਾ ਮੁੱਲ ਦੇ ਨਾਲ ਖਰੀਦ ਰਿਹਾ ਹੈ, ਪਾਠ ਕਰਾ ਲਓ, ਧਰਮ ਦਾ ਕਰਮ ਕਰ ਲਓ, ਇਹ ਕਰ ਲਓ, ਉਹ ਕਰ ਲਓ, ਅਸੀਂ ਪੈਸੇ ਦੇ ਦੇਵਾਂਗੇ, ਬਾਕੀ ਅਸੀਂ ਹੋਰ ਕੁਝ ਨਹੀਂ ਕਰ ਸਕਦੇ। ਪਰ ਗੁਰਬਾਣੀ ਦਾ ਫੁਰਮਾਨ ਹੈ, ਭਗਤ ਕਬੀਰ ਜੀ ਕਹਿੰਦੇ ਨੇ ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਉੱਥੇ ਮਨ ਭੇਟਾ ਕਰਨਾ ਪੈਂਦਾ ਤਾਂ ਪਰਮਾਤਮਾ ਦੀ ਖੁਸ਼ੀ ਮਿਲਦੀ ਹੈ। ਜੇ ਕੋਈ ਮੈਨੂੰ ਕਹੇ ਕਿ ਮੈਂ ਤਪੱਸਿਆ ਕਰਕੇ ਲੈ ਲਵਾਂਗਾ, ਇੰਨਾ ਵੀ ਨਹੀਂ ਹੋ ਸਕਦਾ। ਭਗਤ ਪਾਵਨ ਬਾਣੀ 'ਚ ਬੜੇ ਪਿਆਰੇ ਬਚਨ ਨੇ, ਸੰਬੰਧ ਜੋ ਇਸ ਪ੍ਰੇਮ ਕੀ, ਦਮ ਕਿਉਂ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ, ਜਿਨ ਸਿਰ ਦੀਨੇ ਕਾਟ। ਜੇ ਕੋਈ ਕਹੇ ਕਿ ਮੈਂ ਤਪੱਸਿਆ ਕਰਕੇ ਸਰੀਰ ਨੂੰ ਕਸ਼ਟ ਦੇ ਕੇ ਰੱਬ ਨੂੰ ਖੁਸ਼ ਕਰ ਲਵਾਂਗਾ, ਤਾਂ ਕਹਿੰਦੇ ਨੇ ਰਾਵਣ ਨੇ 10 ਵਾਰੀ ਸਿਰ ਕੱਟ ਕੱਟ ਕੇ ਦਿੱਤਾ ਸੀ, ਪਰ ਉਹਨੂੰ ਵੀ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਨਹੀਂ ਹੋ ਸਕੀ। ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ, ਰਹੇ ਲੋਕ ਵਿਲਾਏ, ਲੋਕ ਤਲਫਦੇ ਨੇ, ਵਿਲਕਦੇ ਨੇ, ਪਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ। ਐਸਾ ਸਤਿਗੁਰੂ ਜੇ ਮਿਲੇ ਤਿਸਨੋ ਸਿਰ ਸੌਂਪੀਏ ਵਿੱਚੋਂ ਆਪ ਜਾਏ। ਐਸਾ ਸਤਿਗੁਰੂ ਜਿਸ ਨੇ ਆਪਣੇ ਅੰਦਰੋਂ ਹਉਮੈ ਭਾਵ ਦੂਰ ਕਰ ਦਿੱਤਾ, ਜਿਸ ਉਸਦੇ ਅੱਗੇ ਆਪਣਾ ਸਿਰ ਅਰਪਣ ਕਰੋ, ਉਹਦੀ ਸਿੱਖਿਆ ਲੈ ਕੇ ਜੀਵਨ ਵਿੱਚ ਜੀਵਨ ਜੀਵੋ, ਅਤੇ ਉਹ ਸਤਿਗੁਰੂ ਮਨੁੱਖ ਨੂੰ ਪਰਮਾਤਮਾ ਦੇ ਨਾਲ ਜੋੜ ਸਕਦਾ ਹੈ। ਜਿਸ ਦਾ ਜੀਓ ਤਿਸ ਮਿਲ ਰਹੇ, ਹਰ ਵਸੇ ਮਨ ਆਏ, ਜਿਸ ਗੁਰੂ ਦਾ ਮਨ ਹਮੇਸ਼ਾ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਰਹਿੰਦਾ ਹੈ, ਅਤੇ ਪਰਮੇਸ਼ਰ ਜਿਸ ਦੇ ਅੰਦਰ ਸਦਾ ਟਿਕਿਆ ਰਹਿੰਦਾ ਹੈ, ਉਸ ਗੁਰੂ ਦੇ ਅੱਗੇ ਆਪਣਾ ਸਿਰ ਅਰਪਣ ਕਰੋ, ਉਸ ਗੁਰੂ ਦੀ ਮਤ ਲੈ ਕੇ ਜੀਵਨ ਜੀਵੋ। ਫਿਰ ਪਾਤਸ਼ਾਹ ਕਹਿੰਦੇ ਨੇ, ਹਰ ਆਪ ਅਮੁੱਲਕ ਹੈ, ਭਾਵੇਂ ਤਿੰਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਸਤਿਗੁਰੂ ਕਹਿੰਦੇ ਨੇ, ਭਾਈ ਜਿਨ੍ਹਾਂ ਮਨੁੱਖਾਂ ਦੇ ਪੱਲੇ ਦੇ ਵਿੱਚ, ਜਿਨ੍ਹਾਂ ਨੂੰ ਅਕਾਲ ਪੁਰਖ ਪਰਮੇਸ਼ਰ ਆਪ ਆਪਣੇ ਲੜ ਲਾ ਲੈਂਦਾ ਹੈ, ਉਹ ਮਨੁੱਖ ਵੜ ਭਾਗੀ ਬਣ ਜਾਂਦੇ ਹਨ, ਅਤੇ ਉਹਨਾਂ ਨੂੰ ਉਹ ਅਮੁੱਲਕ ਪਰਮਾਤਮਾ ਜੋ ਕਿਸੇ ਤਰੀਕੇ ਨਹੀਂ ਲਿਆ ਜਾ ਸਕਦਾ, ਉਹਨਾਂ ਨੂੰ ਉਹ ਸੌਖੇ ਤਰੀਕੇ ਨਾਲ ਮਿਲ ਜਾਂਦਾ ਹੈ। ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਸੋ ਸਤਿਗੁਰੂ ਜੀ, ਸੱਚੇ ਗੁਰੂ ਦੀ ਸ਼ਰਨ ਅਤੇ ਪਰਮਾਤਮਾ ਦੇ ਗੁਣਾਂ ਨੂੰ ਜੀਵਨ ਧਾਰਨ ਕਰਨ ਦਾ ਉਪਦੇਸ਼ ਇਸ 30ਵੀਂ ਪੌੜੀ ਸਾਨੂੰ ਦ੍ਰਿੜ ਕਰਾਉਂਦੇ ਹਨ, ਪਾਤਸ਼ਾਹ ਮਿਹਰ ਕਰਨ ਕਿ ਇਹ ਗੁਣ ਸਾਡੇ ਜੀਵਨ ਦਾ ਆਧਾਰ ਬਣ ਸਕਣ। ਜੀ ਬਿਲਕੁਲ। ਸੋ ਜਿਸ ਤਰ੍ਹਾਂ ਇਹ ਇੱਕ ਸਟੈਪ ਬਾਈ ਸਟੈਪ ਜੋ ਗੁਰੂ ਸਾਹਿਬ ਹਰ ਪੌੜੀ ਦੇ ਵਿੱਚ ਸਾਨੂੰ ਉਪਦੇਸ਼ ਕਰ ਰਹੇ ਨੇ, ਅਤੇ ਹਰ ਥਾਂ ਇਹੀ ਚੀਜ਼ ਦੇ ਉੱਤੇ ਫੋਕਸ ਕੀਤਾ ਜਾ ਰਿਹਾ, ਸੱਚ ਨਾਲ ਜੁੜੋ, ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਓ, ਤਦ ਹੀ ਤੁਸੀਂ ਕੁਛ ਪ੍ਰਾਪਤੀ ਕਰ ਸਕਦੇ ਹੋ, ਜਾਂ ਉਹ ਆਨੰਦਮਈ ਅਵਸਥਾ ਜਿਸਦੀ ਅਸੀਂ ਗੱਲ ਕਰਦੇ ਹਾਂ, ਕਿਉਂਕਿ ਆਨੰਦ ਸਾਹਿਬ ਤਾਂ ਬੇਸਿਕਲੀ ਫੋਕਸ ਹੀ ਕਰ ਰਿਹਾ ਕਿਵੇਂ ਉਸ ਆਨੰਦਮਈ ਅਵਸਥਾ ਤੱਕ ਪਹੁੰਚਣਾ ਹੈਗਾ। ਸੋ ਇਸ ਵਾਸਤੇ ਜਿੱਥੇ 30ਵੀਂ ਪੌੜੀ 'ਚ ਇਹ ਸਟ੍ਰੈਸ ਕੀਤਾ ਗਿਆ, 31ਵੀਂ ਪੌੜੀ 'ਚ ਗੁਰੂ ਸਾਹਿਬ ਕੀ ਕਹਿ ਰਹੇ ਨੇ? 31ਵੀਂ ਪੌੜੀ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ
ਪਰਮੇਸ਼ਰ ਦੇ ਨਾਮ ਦਾ ਵਪਾਰ ਕਰਨ ਦਾ ਉਪਦੇਸ਼ ਸਾਨੂੰ ਦ੍ਰਿੜ ਕਰਾਉਂਦੇ ਹਨ ਜੀ। ਅਤੇ ਸਤਿਗੁਰੂ ਕਹਿੰਦੇ ਨੇ ਭਾਈ ਇਹ ਨਾਮ ਦੇ ਵਪਾਰ ਦੀ ਸੋਝੀ ਗੁਰੂ ਤੋਂ ਮਿਲਦੀ ਹੈ। ਆਤਮਿਕ ਆਨੰਦ ਦੀ ਪ੍ਰਾਪਤੀ ਨਾਮ ਦੇ ਨਾਲ ਹੋਣੀ ਹੈ ਜੀ, ਅਤੇ ਨਾਮ ਦੀ ਸੂਝ ਗੁਰੂ ਤੋਂ ਪ੍ਰਾਪਤ ਹੋਣੀ ਹੈ ਜੀ। ਹਰ ਰਾਸ ਮੇਰੀ ਮਨ ਵਣਜਾਰਾ, ਆਤਮਿਕ ਜੀਵਨ ਦਾ ਆਨੰਦ ਪ੍ਰਾਪਤ ਕਰਨ ਵਾਸਤੇ ਪਰਮਾਤਮਾ ਦਾ ਨਾਮ ਧਨ ਇੱਕੋ ਇੱਕ ਤਰੀਕਾ ਹੈ। ਇਹ ਨਾਮ ਧਨ, ਇਹ ਖੱਟੀ ਨਾਮ ਧਨ ਦੀ ਕਮਾਉਣੀ, ਇਹਦੇ ਨਾਲ ਹੀ ਆਤਮਿਕ ਆਨੰਦ ਮਿਲ ਸਕਦਾ ਹੈ ਜੀ। ਅਤੇ ਮੇਰਾ ਮਨ ਇਸ ਨਾਮ ਦਾ ਵਪਾਰੀ ਬਣ ਗਿਆ ਹੈ। ਠੀਕ। ਹਰ ਰਾਸ ਮੇਰੀ ਰਾਸ ਪੂੰਜੀ ਮਨ ਵਣਜਾਰਾ, ਮੇਰਾ ਮਨ ਵਪਾਰੀ ਬਣਿਆ ਹੈ। ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਇਸ ਨਾਮ ਧਨ ਦੀ ਸੂਝ ਪੂਰੇ ਗੁਰੂ ਤੋਂ ਪ੍ਰਾਪਤ ਹੋਈ ਜੀ, ਤੇ ਮੇਰਾ ਮਨ ਇਸ ਨਾਮ ਨੂੰ ਕਮਾਉਣ ਵਾਸਤੇ ਲੱਗ ਪਿਆ। ਠੀਕ। ਸਤਿਗੁਰੂ ਜੀ ਪਾਵਨ ਬਾਣੀ ਚ ਨਾਮ ਧਨ ਦਾ ਵਪਾਰ ਕਰਨ ਦਾ ਉਪਦੇਸ਼ ਕਰਦੇ ਹਨ। ਆਪਣੀ ਸੁਖਮਨੀ ਸਾਹਿਬ ਵਿੱਚ ਸਤਿਗੁਰ ਦੇ ਬਚਨ ਨੇ, ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭ ਹੈ ਖੇਪ ਤੁਮਾਰੀ ਜੀ। ਆਸਾ ਰਾਗ ਵਿੱਚ ਗੁਰੂ ਅਰਜਨ ਸਾਹਿਬ ਦੇ ਪਾਵਨ ਬਚਨ ਨੇ ਕਿ ਅਸੀਂ ਜੀਵ ਇਸ ਸੰਸਾਰ ਵਿੱਚ ਸੱਚ ਦਾ ਸੌਦਾ, ਸ਼ੁਭ ਗੁਣਾਂ ਦਾ ਸੌਦਾ, ਦਇਆ ਧਰਮ ਧੀਰਜ ਸ਼ੁਭ ਗੁਣ ਆਦਿਕ ਇਹਨਾਂ ਦਾ ਵਪਾਰ ਕਰਨ ਵਾਸਤੇ ਆਏ ਹਾਂ, ਜੀਵਨ ਵਿੱਚ ਉਸਾਉਣ ਵਾਸਤੇ ਆਏ ਹਾਂ, ਅਤੇ ਉਹ ਮਿਲਣਾ ਕਿੱਥੋਂ ਹੈ? ਗੁਰੂ ਰੂਪੀ ਸ਼ਾਹ ਦੇ ਕੋਲੋਂ ਜੀ। ਅਤੇ ਸਤਿਗੁਰੂ ਕਹਿੰਦੇ ਨੇ ਸ਼ਾਹ ਵਪਾਰੀ ਦੁਆਰੇ ਆਏ, ਵੱਖਰ ਕਾਢੋ ਸੌਦਾ ਕਰਾਏ ਜੀ। ਹੇ ਸੱਚੇ ਸ਼ਾਹ, ਅਸੀਂ ਨਾਮ ਦੇ ਵਪਾਰੀ ਤੇਰੇ ਕੋਲ ਆਏ ਹਾਂ, ਅਤੇ ਕਿਰਪਾ ਕਰ ਉਹ ਨਾਮ ਦਾ ਧਨ, ਸ਼ੁਭ ਗੁਣਾ ਰੂਪੀ ਧਨ ਸਾਨੂੰ ਬਖਸ਼ਿਸ਼ ਕਰੋ, ਅਤੇ ਉਹ ਅਸੀਂ ਲੈ ਕੇ ਜਾਣਾ ਹੈ। ਅਤੇ ਸਤਿਗੁਰੂ ਕਹਿੰਦੇ ਉਹ ਨਾਮ ਧਨ ਜਦੋਂ ਮਨੁੱਖ ਨੂੰ ਮਿਲ ਜਾਏ ਤਾਂ ਮਨੁੱਖ ਆਪਣੇ ਜੀਵਨ ਨੂੰ ਸਫਲ ਕਰ ਲੈਂਦਾ ਹੈ ਜੀ। ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ ਲਾਹ ਖੱਟਿਓ ਦਿਹਾੜੀ ਜੀ। ਹੇ ਭਾਈ, ਇਹ ਪਰਮਾਤਮਾ ਦੇ ਨਾਮ ਦਾ ਜੋ ਧਨ ਹੈ ਇਸ ਨੂੰ ਰੋਜ਼ ਇਕੱਤਰ ਕਰੋ। ਠੀਕ। ਅਸੀਂ ਕਈ ਵਾਰੀ ਮਹੀਨੇ ਵਿੱਚ ਆ ਜਾਂਦੇ ਗੁਰਦੁਆਰੇ, ਜਿਹੜੇ ਅਸੀਂ ਸਿੱਖ ਵੀ ਨਾ ਲੋਕਾਂ ਨੇ ਵੰਡੇ ਨੇ ਸਿਆਣਿਆਂ ਨੇ, ਕਹਿੰਦੇ ਇੱਕ ਐਤਵਾਰ ਦੇ ਸਿੱਖ ਨੇ, ਇੱਕ ਸੰਗਰਾਂਦ ਦੇ ਸਿੱਖ ਨੇ, ਇੱਕ ਮੱਸਿਆ ਦੇ ਸਿੱਖ ਨੇ। ਗੁਰੂ ਦਾ ਸਿੱਖ ਕੋਈ ਵਿਰਲਾ ਹੈ। ਗੁਰੂ ਦੇ ਸਿੱਖ ਦਾ ਵਾਸਤੇ ਉਪਦੇਸ਼ ਹੈ ਕਿ ਗੁਰਸਿੱਖ ਜਿਹੜਾ ਹੈ ਉਹ ਗੁਰਸਿੱਖ ਪਲ ਕੇ ਉੱਠ ਕੇ ਧਰਮਸ਼ਾਲਾ ਕੀ ਸਾਰ ਕਰਨ ਦਾ। ਠੀਕ। ਅਤੇ ਧਰਮਸ਼ਾਲਾ ਵੀ ਜਾਂਦਾ ਹੈ, ਪਰ ਅਸੀਂ ਰੋਜ਼ ਦੀ ਥਾਂ 'ਤੇ ਕਦੇ ਕਦਾਈ ਜਾਂਦੇ ਹਾਂ, ਗੁਰੂ ਦੇ ਬੱਚਿਆਂ ਦੀ ਕਮਾਈ ਕਦੇ ਕਦੇ ਕਰਦੇ ਹਾਂ। ਹਰ ਹਰ ਨਿਤ ਜਪਿਓ ਜੀਓ ਨਾਲ ਫਿਰ ਕਿਹਾ ਕਿ ਜੀਓ ਮਨ ਕਰਕੇ ਆਤਮਕ ਪ੍ਰੇਮ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਵਸਾਓ, ਨਾਮ ਤੁਹਾਨੂੰ ਇਕੱਠਾ ਕਰੋ ਪ੍ਰੇਮ ਕਰਕੇ, ਲਾਹ ਖੱਟਿਓ ਦਿਹਾੜੀ, ਅਤੇ ਇਸ ਨਾਮ ਦੇ ਧਨ ਦਾ ਰੋਜ਼ ਹੀ ਨਿਤਾ ਪ੍ਰਤੀ ਹੀ ਲਾਭ ਪ੍ਰਾਪਤ ਕਰੋ, ਇਹ ਗੁਣਾਂ ਨੂੰ ਰੋਜ਼ ਜੀਵਨ ਵਿੱਚ ਜੀਵੋ। ਇਹ ਧਨ ਤਿੰਨਾਂ ਮਿਲਿਆ ਜਿਨ੍ਹਾਂ ਰਾਪੇ ਭਾਣਾ, ਜਿਨ੍ਹਾਂ ਦੇ ਉੱਤੇ ਮਾਲਕ ਦੀ ਮਿਹਰ ਹੁੰਦੀ ਹੈ, ਜੋ ਮਾਲਕ ਦੇ ਭਾਣੇ ਵਿੱਚ ਰਜ਼ਾ ਵਿੱਚ ਆ ਜਾਂਦੇ ਹਨ, ਉਹਨਾਂ ਨੂੰ ਇਹ ਨਾਮ ਦਾ ਧਨ ਮਿਲ ਜਾਂਦਾ ਹੈ। ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਪਾਤਸ਼ਾਹ ਕਹਿੰਦੇ ਨੇ ਹੇ ਨਾਨਕ ਆਖ, ਸਤਿਗੁਰੂ ਕਹਿੰਦੇ ਨੇ ਕਿ ਨਾਮ ਧਨ ਮੇਰੇ ਆਤਮਿਕ ਜੀਵਨ ਦੀ ਉੱਨਤੀ ਵਾਸਤੇ ਇਹ ਸੱਚਾ ਧਨ ਹੈ, ਅਤੇ ਇਹ ਮੈਨੂੰ ਗੁਰੂ ਤੋਂ ਮਿਲਿਆ ਹੈ। ਅਤੇ ਸਤਿਗੁਰੂ ਕਹਿੰਦੇ ਨੇ ਭਾਈ, ਜਿਨ੍ਹਾਂ ਨੇ ਨਾਮ ਦੇ ਧਨ ਦਾ ਵਪਾਰ ਕੀਤਾ ਹੈ ਉਹ ਮਨੁੱਖ ਸੱਚੇ ਵਪਾਰੀ ਨੇ, ਸੱਚੇ ਅਮੀਰ ਬੰਦੇ ਨੇ। ਜਿਨਕੇ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ, ਜਿਨਕੇ ਹਿਰਦੇ ਤੂੰ ਵਸੈ ਤੇ ਨਰ ਗੁਣੀ ਗਹੀਰ। ਸਤਿਗੁਰੂ ਕਿਰਪਾ ਕਰਨ ਕਿ ਇਹ ਨਾਮ ਦਾ ਵਪਾਰ ਅਸੀਂ ਕਰ ਸਕੀਏ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਕੱਤੀਵੀਂ ਪੌੜੀ ਤੱਕ ਜੋ ਅੱਜ ਤੁਸੀਂ ਸਾਡੇ ਨਾਲ ਸਾਂਝ ਪਾਈਏ, ਗੁਰੂ ਸਾਹਿਬ ਦਾ ਕੀ ਉਦੇਸ਼ ਸੀ, ਕਿਉਂ ਸਾਨੂੰ ਸਮਝਾ ਰਹੇ ਨੇ, ਅਤੇ ਵਾਰ ਵਾਰ ਜਿਸ ਚੀਜ਼ 'ਤੇ ਫੋਕਸ ਕਰ ਰਹੇ ਨੇ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਅੱਜ ਦੇ ਇਸ ਪ੍ਰੋਗਰਾਮ ਦੀ ਕਰਦੇ ਹਾਂ ਜੀ ਇੱਥੇ ਹੀ ਸਮਾਪਤੀ। ਤੁਹਾਡੇ ਕੋਲ ਕੋਈ ਸਵਾਲ ਹੋਏ ਜਿਹੜਾ ਕਿ ਤੁਸੀਂ ਭਾਈ ਸਾਹਿਬ ਜੀ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਉਸ ਵਾਸਤੇ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ 604-603-7755 ਜਾਂ ਫਿਰ ਈਮੇਲ ਰਾਹੀਂ harpreet@akaltv.com। ਅਸੀਂ ਇਹ ਪ੍ਰੋਗਰਾਮ ਜੋ ਤੁਹਾਡੇ ਤੱਕ ਹਰ ਰੋਜ਼ ਲੈ ਕੇ ਆਉਂਦੇ ਹਾਂ, ਸਮਾਂ ਖਰੀਦ ਕੇ ਅਸੀਂ ਤੁਹਾਡੇ ਤੱਕ ਆਉਂਦੇ ਹਾਂ, ਉਸ ਵਾਸਤੇ ਤੁਹਾਡੇ ਤੋਂ ਸਹਿਯੋਗ ਦੀ ਮੰਗ ਕਰਦੇ ਹਾਂ, ਕਿਉਂਕਿ ਤੁਹਾਡੀ ਸਪੋਂਸਰਸ ਅਤੇ ਐਡਵਰਟਾਈਜ਼ਰਸ ਦੀ ਬਦੌਲਤ ਹੀ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ। ਸੋ ਜੇਕਰ ਕੋਈ ਵਪਾਰ ਕਰਦੇ ਹੋ ਤਾਂ ਜ਼ਰੂਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰੋ ਜਾਂ ਇਸ ਦੇ ਉੱਤੇ ਐਡਵਰਟਾਈਜ਼ ਕਰੋ ਤਾਂ ਕਿ ਅਸੀਂ ਇਸੇ ਤਰੀਕੇ ਨਾਲ ਇਹ ਪ੍ਰੋਗਰਾਮ ਨੂੰ ਲੈ ਕੇ ਹਾਜ਼ਰ ਹੁੰਦੇ ਰਹੀਏ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।